ਇੱਕ ਵਾਰ ਫੇਰ ਤੋਂ ਰਸੋਈ ਦਾ ਬਜਟ ਜਿਹੜਾ ਹਿੱਲ ਚੁੱਕਾ ਹੋਇਆ, ਕਿਉਂਕਿ ਜਿਹੜੇ ਸਬਜ਼ੀਆਂ ਦੇ ਰੇਟ ਹੈ ਉਹ ਡਬਲ ਹੋ ਚੁੱਕੇ ਹੋਏ ਆ ਤੇ ਭਾਰ ਹੁਣ ਜੇਬ ਤੇ ਇੱਕ ਵਾਰੀ ਫੇਰ ਵੱਧ ਚੁੱਕਿਆ। ਤੁਹਾਨੂੰ ਦੱਸਦਾ ਕਿ ਟਮਾਟਰ ਜਿਹੜਾ ਪਹਿਲਾਂ 40 ਰੁਪਏ ਮਿਲ ਜਾਂਦਾ ਸੀ, ਹੁਣ 80 ਤੋਂ 100 ਰੁਪਏ ਤੱਕ ਮਿਲਦਾ ਪਿਆ। ਜਿਹੜੀ ਫਲੀਆਂ 40 ਰੁਪਏ ਦੀ ਮਿਲਦੀ ਸੀ, ਹੁਣ ਉਹਦਾ ਰੇਟ ਵੀ ਜਿਹੜਾ 100 ਤੱਕ ਪਹੁੰਚ ਚੁੱਕਾ ਹੈ। ਉਸ ਤੋਂ ਇਲਾਵਾ ਸ਼ਿਮਲਾ ਮਿਰਚ ਜਿਹੜੀ ਪਹਿਲਾਂ 40 ਰੁਪਏ ਮਿਲਦੀ ਸੀ, ਹੁਣ 80 ਰੁਪਏ ਹੋ ਚੁੱਕੀ ਹੈ। ਪਿਆਜ਼ ਦੇ ਜਿਹੜੇ ਰੇਟ ਆ ਉਹ ਜ਼ਿਆਦਾ ਨਹੀਂ ਵਧਿਆ, ਲੇਕਿਨ ਕਿਤੇ ਨਾ ਕਿਤੇ 15 ਰੁਪਏ ਜਿਹੜੇ ਪਿਆਜ਼ ਦੇ ਵੀ ਵੱਧ ਚੁੱਕੇ। ਪਹਿਲਾਂ 30 ਰੁਪਏ ਮਿਲ ਜਾਂਦਾ ਸੀ ਕਿਲੋ ਤੇ ਹੁਣ 45 ਰੁਪਏ ਕਿਲੋ ਪਿਆਜ਼ ਮਿਲਦਾ ਪਿਆ। ਇਸ ਤੋਂ ਇਲਾਵਾ ਗੋਭੀ ਦੇ ਜਿਹੜੇ ਰੇਟ ਆ ਉਹ ਵੀ ਡਬਲ ਹੋ ਚੁੱਕੇ। ਪਹਿਲਾਂ 40 ਰੁਪਏ ਕਿਲੋ ਮਿਲਦੀ ਪਈ ਸੀ ਤੇ ਹੁਣ 80 ਰੁਪਏ ਕਿਲੋ ਤਾਂ ਗੋਭੀ ਮਿਲਦੀ ਪਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਬਜ਼ੀਆਂ ਜਿਹਦੇ ਰੇਟ ਵਧੇ ਹੋਏ। ਇਸ ਵਕਤ ਅਸੀਂ ਸਬਜ਼ੀ ਮੰਡੀ ਦੇ ਅੰਦਰ ਪਹੁੰਚੇ ਹੋਏ ਹਾਂ, ਤਸਵੀਰਾਂ ਦੇਖ ਸਕਦੇ, ਗ੍ਰਾਹਕ ਕਾਫੀ ਘੱਟ ਨਜ਼ਰ ਆ ਰਹੇ। ਕਾਰਨ ਇਹੀ ਨਜ਼ਰ ਆਉਂਦਾ ਪਿਆ ਕਿ ਜਿੱਥੇ ਰੇਟ ਇੱਕਦਮ ਵਧੇ ਹੈਗੇ, ਉਹਦੇ ਕਾਰਨ ਜਿੱਥੇ ਪਹਿਲਾਂ ਲੋਕ ਕਿਲੋ ਕਿਲੋ ਸਬਜ਼ੀਆਂ ਲੈ ਰਹੇ ਸੀ, ਹੁਣ ਉੱਥੇ ਪਾਈਆ ਜਾਂ ਅੱਧਾ ਕਿਲੋ ਤੇ ਆ ਚੁੱਕੇ ਹੋਏ ਆ। ਇੱਥੇ ਲੋਕ ਵੀ ਮੌਜੂਦ ਹੈ, ਗੱਲਬਾਤ ਵੀ ਕਰਾਂਗੇ। ਆਖਿਰ ਕਾਰਨ ਕੀ ਲੱਗਦੇ ਪਏ ਉਹਨਾਂ ਨੂੰ ਕਿ ਜਿਹੜੇ ਰੇਟ ਵਧੇ ਉਹਨਾਂ ਕਿੰਨਾ ਕੁ ਫਰਕ ਪੈ ਰਿਹਾ? ਭਾਜੀ ਕੀ ਨਾਮ ਕੀ ਤੁਹਾਡਾ? ਭਾਜੀ ਮੈਂ ਸੁਰਿੰਦਰ ਬਿੱਲਾ। ਭਾਜੀ ਭਾਜੀ ਕਿੱਦਾਂ ਦੇਖਦੇ ਪਏ ਹੋ ਜਿਹੜੇ ਰੇਟ ਵਧੇ ਹੈਗੇ? ਤੁਸੀਂ ਮਾਰਕੀਟ ਦੇ ਪ੍ਰਧਾਨ ਹੋ, ਕਿੰਨਾ ਕੁ ਫਰਕ ਪੈ ਰਿਹਾ ਚੀਜ਼ਾਂ ਨੂੰ? ਮਹਿੰਗਾਈ ਦੇ ਨਾਲ ਦੇਖੋ, ਕੋਈ ਸਬਜ਼ੀਆਂ ਦਾ ਜਿਹੜਾ ਬਜਟ ਆ ਲੋਕਾਂ ਦੀ ਜੇਬ ਦੇ ਡਾਕਾ ਤੇ ਪੈਂਦਾ ਹੀ ਪੈਂਦਾ ਵਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਔਰ ਜੇ ਆਪਾਂ ਸਬਜ਼ੀਆਂ ਦੇ ਰੇਟ ਦੀ ਗੱਲ ਕਰ ਲਈਏ, ਜੇ ਕੋਈ 100 ਰੁਪਏ ਕਿਲੋ ਚੀਜ਼ ਆ, ਜਿੱਥੇ ਲੋਕ ਪਹਿਲਾਂ ਆਪਣਾ ਇਹੀ ਗੋਭੀ ਦੀ ਗੱਲ ਕਰ ਲਈਏ, ਜੇ 20 ਰੁਪਏ 10 ਰੁਪਏ ਕਿਲੋ ਸੀਗੀ ਤੇ 2-2, 4-4 ਕਿਲੋ ਲੈ ਜਾਂਦੇ ਸੀਗੇ। ਜੇ ਅੱਜ 100 ਰੁਪਏ ਕਿਲੋ ਆ ਤੇ ਗਾਹਕ ਆਪਣੇ ਅੱਧਾ ਕਿਲੋ ਜਾਂ ਕੋਈ ਵੀ ਸਬਜ਼ੀ ਦਾ ਰੇਟ ਦੀ ਗੱਲ ਕਰ ਲਈਏ, ਉਹ ਫਿਰ ਪਾਈਆ ਜਾਂ ਅੱਧਾ ਕਿਲੋ ਫਿਰ ਖਰੀਦਦਾਰੀ ਕਰਦਾ ਵਾ। ਇਹ ਮੰਡੀ ਬਹੁਤ ਮਸ਼ਹੂਰ ਆ, ਮੇਰੇ ਹਿਸਾਬ ਨਾਲ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ, ਇੰਨਾ ਰਸ਼ ਹੁੰਦਾ ਇਸ ਮੰਡੀ ਦੇ ਅੰਦਰ। ਤੇ ਅੱਜ ਆਰਾਮ ਨਾਲ ਮਤਲਬ ਬਾਈਕਾਂ ਇੱਕਟਿਆਂ ਵੀ ਜਾ ਰਹੀਆਂ ਵਾ, ਹੈ ਨਾ? ਫਰਕ ਤਾਂ ਨਜ਼ਰ ਆ ਰਿਹਾ। ਹਾਂ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਬਾਕੀ ਦੇਖੋ, ਇਹ ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਵਾ ਕਿ ਜਿਹੜੇ ਆਪਣੇ ਜਿੰਨੀ ਤਪਸ਼ ਪੈ ਰਹੀ ਆ, ਔਰ ਇਹ ਜ਼ਿਆਦਾਤਰ ਜਿਹੜੇ ਸੌਦੇ ਆ ਰਹੇ ਆ ਸਾਰੇ ਪਹਾੜਾਂ ਦੇ ਵਿੱਚੋਂ ਆ ਰਹੇ ਆ, ਔਰ ਤਾਂ ਕਰਕੇ ਵੀ ਥੋੜ੍ਹਾ ਜਿਹਾ ਫਰਕ ਹੁੰਦਾ ਵਾ। ਯਾਨੀ ਕਿ ਮੌਸਮ ਇੱਕ ਵੱਡਾ ਕਾਰਨ ਬਣਿਆ ਹੋਇਆ ਕਿ ਹਿਮਾਚਲ ਤੋਂ ਜਿਹੜਾ ਮਾਲ ਆ ਰਿਹਾ ਉਸ ਕਰਕੇ ਟਰਾਂਸਪੋਰਟੇਸ਼ਨ ਮਹਿੰਗੀ ਹੋ ਰਹੀ ਹੈ, ਤਾਂ ਕਰਕੇ ਰੇਟ ਵੱਧਦੇ ਪਏ ਸਾਰੇ? ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਜਿਹੜੇ ਆਪਣੇ ਜਿੰਨੇ ਵੀ ਸਬਜ਼ੀਆਂ ਆ ਰਹੀਆਂ ਵਾ, ਜੇ ਆਪਾਂ ਗੋਭੀ ਦੀ ਗੱਲ ਕਰ ਲਈਏ, ਕੋਈ ਕੁੱਲੂ ਤੋਂ ਆ ਰਿਹਾ ਵਾ, ਕੋਈ ਸੌਦਾ, ਬਹੁਤ ਸਾਰੇ ਸੌਦੇ ਇੱਦਾਂ ਦੇ ਆ ਜਿਹੜੇ ਪਹਾੜਾਂ ਦੇ ਵਿੱਚੋਂ ਆ ਰਹੇ ਆ। ਮਟਰ ਦੀ ਗੱਲ ਕਰ ਲਿੱਤੀ ਜਾਵੇ, ਗੋਭੀ ਦੀ ਗੱਲ ਕਰ ਲਿੱਤੀ ਜਾਵੇ, ਜੇ 100 ਰੁਪਏ 200 ਰੁਪਏ ਕਿਲੋ ਵਾਲੀ ਚੀਜ਼ ਆ, ਉਹ ਲੋਕੀ ਆਪਣੇ ਆਪ ਆਪਣੇ ਕਿਰਸ ਕਰਕੇ ਜੇ ਪਾਈ ਅੱਧਾ ਕਿਲੋ ਖਰੀਦਦਾਰੀ ਕਰਦੇ ਆ ਬਸ। ਹੋਰ ਵੀ ਇੱਥੇ ਬੈਠੇ ਹੋਏ ਬਾਈ ਜੀ, ਕਿੱਦਾਂ ਦੇਖਦੇ ਪਏ ਹੋ ਤੁਸੀਂ ਵੀ ਇੱਥੇ ਮਾਲ ਵੇਚਦੇ ਹੈਗੇ ਹੋ, ਕਿੰਨਾ ਕੁ ਫਰਕ ਲੱਗਦਾ ਪਿਆ ਜਦੋਂ ਗ੍ਰਾਹਕ ਆਉਂਦੇ ਤੁਹਾਨੂੰ ਕਹਿੰਦੇ ਹੋਣੇ ਰੇਟ ਵਧਾ ਤੇ, ਇਹ ਕਰਤਾ ਉਹ ਕਰਤਾ? ਗ੍ਰਾਹਕ ਦੀ ਵੀ ਗੱਲ ਸਹੀ ਹੈ ਜੀ, ਰੇਟ ਤੇ ਨੈਚੁਰਲੀ ਤਰ੍ਹਾਂ ਜੀ ਗੱਲ ਹੈ, ਪਿੱਛੇ ਰੇਟ ਬਹੁਤ ਜ਼ਿਆਦਾ ਤੇਜ਼ ਹੋ ਗਿਆ। ਮੁੱਖ ਕਾਰਨ ਇਹਦਾ ਰੇਟ ਵਧਣ ਦਾ ਕਾਰਨ ਇਹ ਹੈਗਾ ਵਾ ਕਿ ਇਸ ਵਾਰੀ ਬਰਸਾਤਾਂ ਨਹੀਂ ਹੋਈਆਂ ਕਿ ਇੰਨੀ ਕੁ ਗਰਮੀ ਪਈ ਹੈ ਨਾ ਪੰਜਾਬ ਦੇ ਵਿੱਚ, ਬਹੁਤ ਜ਼ਿਆਦਾ ਗਰਮੀ ਪਈ ਹੈ। ਗਰਮੀ ਦੇ ਕਾਰਨ ਜਿਹੜੇ ਖੇਤਾਂ ਦੇ ਵਿੱਚ ਲੂ ਪੈ ਗਈ, ਉਹਦੇ ਨਾਲ ਫਲੈਟ ਪੈ ਗਈ, ਫਲੈਟ ਦੇ ਨਾਲ ਵੇਲਾਂ ਸੜ ਗਈਆਂ ਤੇ ਹਜ਼ਾਰਾਂ ਵਿੱਚੋਂ ਕੋਈ ਕੋਈ ਫਲ ਨਜ਼ਰ ਆਉਂਦਾ ਸੀਗਾ ਜਿਹੜਾ ਮਤਲਬ ਕਿ ਨਿਕਲਿਆ। ਜਿੱਥੇ 50 ਕਰੇਟ ਨਿਕਲਦੇ ਖੇਤ ਦੇ ਵਿੱਚੋਂ, ਉੱਥੇ 15 ਕਰੇਟ ਨਿਕਲਦੇ ਪਏ ਆ ਜਾਂ 10 ਕਰੇਟ ਨਿਕਲਦੇ ਪਏ ਆ। ਅਤੇ ਇਸ ਕਰਕੇ ਮੁੱਖ ਕਾਰਨ ਇਹੀ ਗਰਮੀ ਦਾ ਹੀ ਮੁੱਖ ਕਾਰਨ ਹੈਗਾ ਕਿ ਇਸ ਵਾਰੀ ਹਿਮਾਚਲ 'ਚ ਵੀ ਕੋਈ ਖਾਸ ਬਾਰਿਸ਼ਾਂ ਨਹੀਂ ਹੋਈਆਂ ਅਤੇ ਹਿਮਾਚਲ ਤੋਂ ਹੀ ਸਾਰਾ ਟਮਾਟਰ ਕੰਡਾ ਘਾਟ ਦਾ ਆ ਰਿਹਾ, ਟਮਾਟਰ ਆ ਰਿਹਾ, ਫਰਾਸ ਬੀਨ ਆ ਰਹੀ ਹੈ, ਸ਼ਿਮਲਾ ਮਿਰਚ ਆ ਰਹੀ ਹੈ, ਇਹ ਸੌਦੇ ਸਾਰੇ ਕੰਡਾ ਘਾਟ ਹਿਮਾਚਲ ਦੇ ਆ ਰਹੇ ਨੇ ਅਤੇ ਉਹਨਾਂ ਕਰਕੇ ਰੇਟ ਬਹੁਤ ਤੇਜ਼ ਹੈਗਾ ਵਾ। ਟਮਾਟਰ ਅੱਜ ਤੋਂ ਪਹਿਲੋਂ 10 ਦਿਨ ਪਹਿਲੋਂ ਟਮਾਟਰ ਦਾ ਭਾਅ 30-40 ਰੁਪਏ ਸੀਗਾ, ਹੁਣ ਇਸ ਟਾਈਮ ਟਮਾਟਰ 80-90-100 ਰੁਪਏ ਕਿਲੋ ਟਮਾਟਰ ਹੋ ਗਿਆ। ਜਿਹੜੇ ਆਮ ਲੋਕਾਂ ਦਾ ਬਜਟ ਵਿਗੜ ਗਿਆ ਵਾ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ, ਬਜਟ ਵਿਗੜ ਗਿਆ। ਅਤੇ ਲੋਕਾਂ ਨਾਲ ਵੀ ਅਸੀਂ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਕਿ ਜਿਹੜੀ ਬਾਰਿਸ਼ਾਂ ਘੱਟ ਹੋਈ ਹੈ ਉਸ ਕਰਕੇ ਹਿਮਾਚਲ ਤੋਂ ਜਿਹੜੀ ਸਬਜ਼ੀਆਂ ਆ ਰਹੀਆਂ ਉਹਦੇ ਰੇਟ ਜ਼ਿਆਦਾ ਵਾ, ਇਸ ਕਰਕੇ ਜਿਹੜੇ ਰੇਟ ਹੈ ਡਬਲ ਹੋ ਚੁੱਕੇ ਹੋਏ। ਚਾਹੇ ਟਮਾਟਰ ਦੀ ਗੱਲ ਕਰ ਲਈਏ, ਸ਼ਿਮਲਾ ਮਿਰਚ ਦੀ ਗੱਲ ਕਰ ਲਈਏ, ਗੋਭੀ ਦੀ ਗੱਲ ਕਰ ਲਈਏ,
ਹੁਣ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਦਿਨਾਂ 'ਚ ਰੇਟ ਕਿੱਥੇ ਪਹੁੰਚਦੇ ਨੇ। ਕੈਮਰਾਮੈਨ ਅਜੇ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ, ਜਲੰਧਰ।